ਸਪੋਕਸਮੈਨ ਟੀਵੀ ਵਾਲਿਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬ ਦੀ ਜਨਤਾ ਨੇ ਕਾਂਗਰਸ ਨੂੰ ਵੱਡੇ ਹੁੰਗਾਰੇ ਨਾਲ ਜਿਤਾਇਆ ਸੀ ਅਤੇ ਉਸ ਜਿੱਤ ਪਿੱਛੇ ਕਿੱਥੇ ਇੱਕ ਉਮੀਦ ਸੀ ਕਿ ਕਾਂਗਰਸ ਆਉਂਦੀ ਹੀ ਕੁਝ ਇਹੋ ਜਿਹੇ ਕਰਾਮਾਤ ਕਰੇਗੀ ਜੋ ਪੰਜਾਬ ਦੀ ਚਾਲ ਬਦਲ ਦੇਣਗੇ। ਪਰ ਕਰਾਮਾਤਾਂ ਅਤੇ ਹਕੀਕਤ ਵਿੱਚ ਬਹੁਤ ਫਰਕ ਹੈ। ਸ਼ਾਇਦ ਪੰਜਾਬ ਜਨਤਾ ਕੁਝ ਚਮਤਕਾਰ ਮੰਗਦੀ ਸੀ ਪਰ ਚਮਤਕਾਰ ਮੁਮਕਿਨ ਨਹੀਂ ਹੁੰਦੇ। ਅੱਜ ਪੰਜਾਬ ਸਰਕਾਰ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ। ਅੱਜ ਸ਼ਾਇਦ ਉਹ ਵੀ ਬਿਹਤਰ ਸਮਝਦੇ ਹਨ ਕਿ ਪੰਜਾਬ ਦੀ ਹਕੀਕਤ ਕੀ ਹੈ। ਅੰਦਰ ਬੈਠ ਕੇ ਸਮਝਣਾ ਕੁਝ ਹੋਰ ਹੈ। ਅੱਜ ਸਾਡੇ ਨਾਲ ਪੰਜਾਬ ਦੇ ਇੱਕ ਬਹੁਤ ਸੀਨੀਅਰ ਆਗੂ ਜੁੜੇ ਹਨ, ਮੰਤਰੀ ਸਰਦਾਰ ਤ੍ਰਿਪਤ ਸਿੰਘ ਬਾਜਵਾ ਜੁੜੇ ਹਨ, ਜੋ ਪੰਚਾਇਤ ਰੂਰਲ ਸੈਨੀਟੇਸ਼ਨ ਨੂੰ ਹੈਂਡਲ ਕਰਦੇ ਨੇ ਅਤੇ ਉਹ ਸਾਨੂੰ ਦੱਸਣਗੇ ਅੱਜ ਪੰਜਾਬ ਦੀ ਕੀ ਹਾਲਤ ਹੈ ਅਤੇ ਉਹ ਅੱਗੇ ਸੁਧਾਰ ਕਿੱਦਾਂ ਲਿਆਉਣਗੇ। ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਨੂੰ ਸੱਦਿਆ, ਮਾਣ ਬਖਸ਼ਿਆ। ਸੋ ਜੋ ਅੱਜ ਲੋਕਾਂ ਵਿੱਚ ਇੱਕ ਕਾਲ ਹੈ ਕਿ ਬਦਲਾਵ ਆਏ, ਉਹ ਤਾਂ ਨਹੀਂ ਆ ਸਕਦਾ ਇੱਕ ਮਹੀਨੇ ਵਿੱਚ, ਪਰ ਜੋ ਕਾਂਗਰਸ ਨੇ ਵਾਅਦੇ ਕੀਤੇ ਨੇ ਕਿ ਉਹ ਨਿਭਾ ਪਾਉਣਗੇ, ਅੱਜ ਕਾਂਗਰਸ ਨੂੰ ਯਕੀਨ ਹੈ ਕਿ ਆਪਣੇ ਵਾਅਦਿਆਂ 'ਤੇ ਖਰੀ ਉਤਰੇਗੀ? ਦੇਖੋ, 10 ਸਾਲ ਅਕਾਲੀ ਵੀਰਾਂ ਦਾ ਰਾਜ ਰਿਹਾ, ਉਹਨਾਂ 'ਚ 10 ਸਾਲਾਂ 'ਚ ਬੜਿਆਂ ਨਾਲ ਧੱਕੇ ਵੀ ਬੜੇ ਹੋਏ, ਬਹੁਤ ਕੁਛ ਹੋਇਆ, ਨੁਕਸਾਨ ਹੋਇਆ ਲੋਕਾਂ ਦਾ, ਅਤੇ 10 ਸਾਲ ਸਾਡੇ ਵਰਕਰ ਸਾਡੀ ਸਰਕਾਰ ਨੂੰ ਉਡੀਕਦੇ ਰਹੇ, ਪੰਜਾਬ ਦੇ ਲੋਕ ਵੀ ਉਡੀਕਦੇ ਰਹੇ, ਬਹੁਤ ਆਸਾਂ ਰੱਖਦੇ ਨੇ ਸਾਡੇ ਤੋਂ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਕੋਲ। ਉਹ ਆਪਣਾ ਪੰਜਾਬ ਦੇ ਲੋਕ, ਕਿਸਾਨੀ ਸਾਰੇ ਲੋਕ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਮਸੀਹਾ ਸਮਝਦੇ ਨੇ, ਵੀ ਜੋ ਇਹ ਗੱਲ ਕਹਿ ਦਿੰਦੇ ਨੇ ਕਰਦੇ। ਉਹ ਹੁਣ ਇੰਨੇ 10 ਸਾਲਾਂ ਦੇ ਇੰਨੇ ਕਾਲੇ ਪਏ ਨੇ, ਉਹ ਚਾਹੁੰਦੇ ਨੇ ਸਾਨੂੰ ਰਿਜ਼ਲਟ ਪਹਿਲੇ ਦਿਨ ਹੀ, ਪਹਿਲੇ ਮਿੰਟ ਹੀ ਮਿਲ ਜਾਏ। ਤਾਂ ਜਿਹੜੀ ਗੱਲ ਤੁਸੀਂ ਆਖੀ ਵੀ ਚਮਤਕਾਰ ਤਾਂ ਹੋ ਨਹੀਂ ਸਕਦਾ, ਐਫਰਟਸ ਹੋ ਸਕਦੇ ਨੇ। ਸੋ ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੇ ਐਫਰਟਸ ਕਰ ਰਹੇ ਨੇ, ਸਿੰਸੀਅਰਲੀ ਐਫਰਟਸ ਕਰ ਰਹੇ ਨੇ। ਜਿਹੜੀਆਂ ਗੱਲਾਂ ਬਾਹਰ ਬੈਠੇ ਨਹੀਂ ਪਤਾ ਲੱਗਦੀਆਂ, ਸਰਕਾਰ 'ਚ ਐਂਟਰ ਕੀਤਿਆਂ ਹੋਰ ਸਿਚੁਏਸ਼ਨ ਨਜ਼ਰ ਆਉਂਦੀ ਆ। ਜਿਹੜੀ ਆ ਰਹੀ ਆ, ਫਾਈਨੈਂਸ਼ੀਅਲ ਪੋਜੀਸ਼ਨ ਪੰਜਾਬ ਸਰਕਾਰ ਦੀ ਬਹੁਤ ਮਾੜੀ, ਲੋਨ ਬੇਹਿਸਾਬ ਆ, ਲੋਨ ਦੀਆਂ ਕਿਸ਼ਤਾਂ ਦੇਣੀਆਂ ਹੀ ਬਹੁਤ ਮੁਸ਼ਕਲ ਹੋਈਆਂ ਪਈਆਂ ਨੇ। ਪਰ ਇਸ ਦੇ ਬਾਵਜੂਦ ਜੋ ਕੈਪਟਨ ਸਾਹਿਬ ਨੇ, ਜੋ ਕਾਂਗਰਸ ਨੇ ਵਾਅਦੇ ਕੀਤੇ ਨੇ, ਉਹ ਮੈਨੂੰ ਆਸ ਹੈ ਕਿ ਕੈਪਟਨ ਸਾਹਿਬ ਪੂਰਾ ਕਰਕੇ ਵਿਖਾ ਲੈਣਗੇ, ਪਰ ਸਮਾਂ ਲੱਗੇਗਾ। ਜੇ ਅੱਜ ਅਸੀਂ ਸਿਰਫ ਦਿਹਾਤੀ ਸੁਧਾਰ ਦੀ ਗੱਲ ਕਰੀਏ, ਤੁਹਾਨੂੰ ਅੱਜ ਜੇ ਤੁਸੀਂ ਕਿ ਪਿਛਲੇ 10 ਸਾਲਾਂ ਦੇ ਦੋਗੇ ਕਿ ਹਾਂ ਅਕਾਲੀ ਸਰਕਾਰ ਦੇ ਟਾਈਮ ਇੰਨਾ ਕੰਮ ਹੋਇਆ, 1 ਤੋਂ 10 ਦੇ ਵਿੱਚ ਉਹਨਾਂ ਨੂੰ ਨੰਬਰ ਦੋਗੇ ਤਾਂ ਕਿੰਨੇ ਨੰਬਰ ਦੋਗੇ? ਦੇਖੋ, ਗਲੀਆਂ ਨਾਲੀਆਂ ਪਿਛਲੇ 60-17 ਸਾਲਾਂ ਦੇ ਜਿਉਂ ਦਾ ਹਿੰਦੁਸਤਾਨ ਆਜ਼ਾਦ ਹੈ, ਗਲੀਆਂ ਨਾਲੀਆਂ ਹੀ ਬਣੀਆਂ ਜਾ ਰਹੀਆਂ ਨੇ। ਕਦੇ ਇੱਟਾਂ ਲੱਗ ਗਈਆਂ, ਕਦੇ ਸੀਮੈਂਟ ਪੈ ਗਿਆ, ਕਦੇ ਬਜਰੀ ਪੈ ਗਈ, ਕਦੇ ਲੁੱਕ ਪੈ ਗਈ, ਇਹ ਹੁਣ ਬਹੁਤ ਹੋ ਚੁੱਕਾ। ਨੰਬਰਾਂ ਦੀ ਗੱਲ ਨਹੀਂ, ਫਿਰ ਕਿੰਨੇ ਨੰਬਰ ਦੇਵਾਂਗੇ? ਮੇਰੇ ਖਿਆਲ 'ਚ ਪਿੰਡਾਂ 'ਚ ਪੈਸਾ ਬਹੁਤ ਗਿਆ, ਪਰ ਉਸ ਪੈਸੇ ਦੀ ਪ੍ਰੋਪਰ ਜਿਹੜਾ ਨਿਰੀਖਣ ਹੈ ਉਹ ਨਹੀਂ ਹੋ ਸਕਿਆ, ਲੁੱਟ ਖਸੁੱਟ ਜ਼ਿਆਦਾ ਹੋ ਗਈ। ਪੰਚਾਇਤ ਨਾਲ ਕਰਪਸ਼ਨ ਦਾ ਬਹੁਤ ਜ਼ਿਆਦਾ ਤਾਲਮੇਲ, ਤੁਹਾਡੇ ਵੱਲੋਂ ਵੀ ਬਹੁਤ ਆਵਾਜ਼ ਚੁੱਕੀ ਗਈ ਹੈ, ਹੁਣ ਅੱਗੋਂ ਖਾਸ ਕਰਕੇ ਪੰਚਾਇਤੀ ਇਲੈਕਸ਼ਨਾਂ ਵਿੱਚ ਆਪਣੇ ਬੰਦੇ ਖੜ੍ਹੇ ਕਰਨੇ ਤਾਂ ਉੱਥੋਂ ਫੰਡ ਦੀ ਮਿਸਪ੍ਰੇਸ਼ਨ ਹੋਣੀ, ਇਹ ਬਹੁਤ ਹੀ ਤਰੀਕਾ ਚੱਲਦਾ ਰਿਹਾ ਹੈ, ਤੁਸੀਂ ਇਸ ਨੂੰ ਕਿੱਦਾਂ ਸੁਧਾਰ ਲਿਆਓਗੇ? ਦੇਖੋ, ਇਲੈਕਸ਼ਨ ਤਾਂ ਕਰਾਉਣੀ ਹੈ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਦਾ, ਮੇਰੇ ਡਿਪਾਰਟਮੈਂਟ ਨੇ ਇਲੈਕਸ਼ਨ ਨਹੀਂ ਕਰਾਉਣੀ, ਪੰਜਾਬ ਦਾ ਇਲੈਕਸ਼ਨ ਕਮਿਸ਼ਨ ਵੱਖਰਾ, ਇਹ ਤਾਂ ਉਹਨਾਂ ਦੀ। ਆਪਣੇ ਬੰਦੇ ਖੜੇ ਕਰਨੇ ਤਾਂ ਕਿ ਉਹ ਪਾਰਟੀ ਵਾਲੇ ਆਪਣੇ ਬੰਦੇ ਤਾਂ ਖਿਲਾਰਦੇ ਹੀ ਆ, ਇਹ ਤਾਂ ਨਹੀਂ ਗੱਲ ਹੈਗੀ ਵੀ ਪਾਰਟੀ ਵਾਲੇ ਆਪਣੇ ਬੰਦੇ ਖਿਲਾਰਨਗੇ, ਪਰ ਇਲੈਕਸ਼ਨ ਕਮਿਸ਼ਨ ਨੇ ਦੇਖਣਾ ਵੀ ਕੋਈ ਧੱਕਾ ਨਾ ਹੋਵੇ, ਅਤੇ ਪੰਜਾਬ ਸਰਕਾਰ ਡਿਊਟੀ ਬਾਉਂਡ ਹੈ ਵੀ ਇਲੈਕਸ਼ਨ ਕਮਿਸ਼ਨ ਨਾਲ ਕੋਪਰੇਟ ਕਰੇ। ਪਰ ਉਸ ਤੋਂ ਬਾਅਦ ਜੇ ਜੋ ਅਸੀਂ ਚਾਹੁੰਦੇ ਹਾਂ ਕਿ ਪੰਚਾਇਤ, ਜੋ ਸ਼ੁਰੂ ਤੋਂ ਹੀ ਅਸੀਂ ਭਾਰਤ ਦਾ ਦੇਖੀਏ, ਪੰਚਾਇਤਾਂ ਨੂੰ ਅਸੀਂ ਮੁੱਢਲੀ ਮੰਨਦੇ ਹਾਂ, ਬੁਨਿਆਦ ਮੰਨਦੇ ਹਾਂ, ਪਰ ਅੱਜ ਅਸੀਂ ਜੇ ਦੇਖੀਏ ਜੋ ਇੱਕ ਪਿੰਡ ਦੀ ਅਤੇ ਇੱਕ ਸ਼ਹਿਰ ਦੇ ਵਿੱਚ ਅੰਤਰ ਹੈ, ਉਹ ਜ਼ਮੀਨ ਆਸਮਾਨ ਦਾ ਅੰਤਰ ਹੈਗਾ। ਅਸੀਂ ਉੱਥੇ ਪੈਸਾ ਵੀ ਪਾਇਆ ਹੈ, ਚੋਣਾਂ ਵੀ ਹੋਈਆਂ, ਪਰ ਵਿਕਾਸ ਨਹੀਂ ਹੋ ਪਾਇਆ, ਅਤੇ ਤੁਸੀਂ ਇਸ 5 ਸਾਲਾਂ ਤੋਂ ਤੁਹਾਨੂੰ ਮੌਕਾ ਮਿਲਿਆ, ਤੁਸੀਂ ਸੁਧਾਰ ਕਿੱਦਾਂ ਲਿਆ? ਨਹੀਂ, ਇਹ ਨਹੀਂ ਮੈਂ ਕਹਿੰਦਾ ਵੀ ਵਿਕਾਸ ਨਹੀਂ ਹੋਇਆ,
ਪਰ ਜਿਸ ਲੈਵਲ 'ਤੇ ਸ਼ਹਿਰਾਂ ਵਿੱਚ ਵਿਕਾਸ ਆਇਆ ਹੈ, ਅੱਜ ਅਸੀਂ ਦੇਖਦੇ ਹਾਂ ਸਕੂਲਾਂ ਪਿੰਡਾਂ ਵਿੱਚ ਸਕੂਲ ਪ੍ਰੋਪਰ ਨਹੀਂ ਹੈ, ਸੜਕਾਂ ਪ੍ਰੋਪਰ ਨਹੀਂ ਹੈ, ਸੈਨੀਟੇਸ਼ਨ ਦੀ ਇੰਨੀ ਵੱਡੀ ਪ੍ਰੋਬਲਮ ਆ ਰਹੀ ਹੈਗੀ ਹੈ, ਸੋ ਹਸਪਤਾਲ ਪ੍ਰੋਪਰ ਨਹੀਂ, ਸੋ ਬਹੁਤ ਚੀਜ਼ਾਂ ਅਜੇ ਦੀ ਘਾਟ ਹੈਗੀ ਹੈ ਹੈਗੀ ਘਾਟ ਹੈਗੀ ਹੈ ਜੀ, ਬਹੁਤ ਚੀਜ਼ਾਂ ਦੀ ਘਾਟ ਹੈਗੀ ਹੈ, ਅਤੇ ਕੋਸ਼ਿਸ਼ ਕਰਾਂਗੇ ਵੀ ਪੈਸਾ ਤਾਂ ਜਾਣਾ ਹੀ ਹੈ, ਪੈਸੇ ਦੀ ਪ੍ਰੋਪਰ ਯੂਟੀਲਾਈਜੇਸ਼ਨ ਹੋ ਜਾਵੇ ਤਾਂ ਬਹੁਤ ਮਸਲਾ ਹੱਲ ਹੋ ਸਕਦਾ। ਇੱਕ ਜਿਹੜੀ ਪਿੰਡ ਦੀ ਪੰਚਾਇਤ ਹੈ ਅਤੇ ਜਿਹੜਾ ਪਿੰਡ ਦਾ ਸੈਕਟਰੀ ਹੈ, ਪੰਚਾਇਤ ਮੋਸਟਲੀ ਵਿਚਾਰੀ ਅਨਪੜ੍ਹ ਹੁੰਦੀ ਹੈ, ਤਾਂ ਇੱਕ ਉਹਨਾਂ ਨੂੰ ਆਪਣੀਆਂ ਡਿਊਟੀਜ਼ ਦਾ ਵੀ ਪਤਾ ਨਹੀਂ ਹੁੰਦਾ, ਇੱਕ ਉਹਨਾਂ ਕੋਲ ਆਪਣਾ ਟੈਕਨੀਕਲ ਸਟਾਫ ਨਹੀਂ ਹੁੰਦਾ। ਜੇ ਗਲੀ ਬਣਾਉਣੀ ਹੈ ਜਾਂ ਨਾਲੀ ਬਣਾਉਣੀ ਹੈ ਤਾਂ ਉਹਦਾ ਲੈਵਲ ਦੇਖਣਾ, ਉਹ ਉਹਨਾਂ ਕੋਲ ਫੈਸਿਲਿਟੀਜ਼ ਬੜੀਆਂ ਘੱਟ ਨੇ। ਇਹ ਹਰਿਆਣਾ ਵੱਲੋਂ ਇੱਕ ਕੁਆਲੀਫਿਕੇਸ਼ਨ ਕਿ ਪੜ੍ਹੀ ਲਿਖੀ ਪੰਚਾਇਤ ਤਾਂ ਹੋਣਾ, ਤੁਸੀਂ ਵੀ ਚਾਹੋਗੇ ਕੋਈ ਇਹੋ ਜਿਹਾ ਰੂਲ ਬਣਾਇਆ ਜਾਏ ਕਿ ਜੋ ਪੰਚਾਇਤ ਚੋਣਾਂ ਵਿੱਚ ਖੜ੍ਹੇ ਹੋ ਰਹੇ ਉਹਨਾਂ ਦੀ ਐਟਲੀਸਟ ਇੱਕ ਲੈਵਲ ਆਫ ਐਜੂਕੇਸ਼ਨ ਜ਼ਰੂਰ ਹੋਣਾ ਚਾਹੀਦਾ ਹੈ? ਹਾਂ, ਮੇਰੀ ਸੋਚ ਹੈ ਵੀ ਹੋਣਾ ਚਾਹੀਦਾ, ਪਰ ਲੋਕਾਂ ਵੱਲੋਂ ਵਿਰੋਧ ਜ਼ਰੂਰ ਆਏਗਾ। ਨਹੀਂ, ਐਸੀ ਨਹੀਂ ਗੱਲ, ਇੱਕ ਸੋਚ ਜ਼ਰੂਰ ਹੈ, ਵਿਰੋਧ ਤਾਂ ਹਰਿਆਣੇ 'ਚ ਵੀ ਆਇਆ ਸੀ, ਲੋਕ ਸੁਪਰੀਮ ਕੋਰਟ ਤੱਕ ਗਏ ਨੇ, ਪਰ ਸੁਪਰੀਮ ਕੋਰਟ ਨੇ ਉਸ ਪਾਲਿਸੀ ਨੂੰ ਅਪਹੈਲਡ ਰੱਖਿਆ। ਪਰ ਇੱਕ ਸੋਚ ਹੈ ਜਿਹੜੀ ਸਾਡੀ ਪਾਰਟੀ 'ਚ ਵੀ ਉੱਠੀ ਆ, ਅਤੇ ਪਾਰਟੀ 'ਚ ਸਾਰਾ ਡਿਸਕਸ ਕਰਕੇ ਅਖੀਰਲਾ ਫੈਸਲਾ ਕੈਪਟਨ ਸਾਹਿਬ ਦਾ ਹੋਣਾ, ਕੈਬਨਿਟ ਦਾ ਹੋਣਾ, ਕੈਪਟਨ ਅਮਰਿੰਦਰ ਸਿੰਘ ਜੀ ਜੋ ਫੈਸਲਾ ਕਰਨਗੇ ਵੀ ਕੀ ਪੰਚ ਸਰਪੰਚ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਕਿ ਨਹੀਂ, ਇਹ ਫੈਸਲਾ ਫਾਈਨਲੀ ਉਹਨਾਂ ਦਾ ਹੋਣਾ। ਦੂਜੀ ਗੱਲ ਹੈ ਵੀ ਜਿਹੜਾ ਪੰਚਾਇਤ ਸੈਕਟਰੀ ਆ ਉਹ ਪੜ੍ਹਿਆ ਲਿਖਿਆ, ਸਰਪੰਚ ਅਨਪੜ੍ਹ, ਉਹ ਸਰਪੰਚ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ ਵੀ ਉਹ ਰੈਜੂਲੇਸ਼ਨ ਕੀ ਲਿਖਿਆ ਅਤੇ ਉਹ ਕਿੱਥੇ ਉਹਦੇ ਦਸਤਖਤ ਕਰਾ ਰਿਹਾ। ਸੋ ਮੇਰੇ ਖਿਆਲ ਵਿੱਚ ਸਰਪੰਚ ਪੜ੍ਹਿਆ ਲਿਖਿਆ ਹੋਣਾ ਚਾਹੀਦਾ। ਤੁਹਾਡੇ ਵੱਲੋਂ 50% ਰਿਜ਼ਰਵੇਸ਼ਨ ਵੀ ਸ਼ੁਰੂ ਕੀਤੀ ਗਈ ਹੈ ਔਰਤਾਂ ਵਾਸਤੇ, ਅਤੇ ਜੇ ਅਸੀਂ ਇਸ ਸਾਲ ਦੇ ਰਿਜ਼ਲਟ ਦੇਖੀਏ ਕਿ ਪੰਜਾਬ ਦੀਆਂ 2 ਪੰਚਾਇਤਾਂ ਨੂੰ ਅਵਾਰਡ ਮਿਲਿਆ ਅਤੇ ਦੋਨੋਂ ਹੀ ਪੜ੍ਹੀ ਲਿਖੀਆਂ ਔਰਤਾਂ ਵੱਲੋਂ ਗਈ ਹੈ। ਹਾਂਜੀ, ਸੋ ਤੁਸੀਂ ਇਹਨੂੰ ਬੜੀ, ਬਿਕੋਜ਼ ਅਸੀਂ ਕਿੱਥੇ ਇਹ ਵੀ ਦੇਖਦੇ ਹਾਂ ਕਿ ਔਰਤਾਂ ਸਿਰਫ ਇੱਕ ਅੱਗੇ ਮੁਖੌਟਾ ਬਣ ਜਾਂਦੀ ਹੈ, ਪਿੱਛੋਂ ਆਦਮੀ ਹੀ ਕੰਮ ਕਰਦੇ ਨੇ, ਸੋ ਇਹਨੂੰ ਕਿੰਨੀ ਸਖਤੀ ਨਾਲ ਤੁਸੀਂ ਲਾਗੂ ਕਰਨਾ ਚਾਹੋਗੇ? ਨਹੀਂ ਸਰ, ਕੈਪਟਨ ਸਾਹਿਬ ਤਾਂ 50% ਰੈਜ਼ਰਵੇਸ਼ਨ ਕਹਿ ਰਹੇ ਆ। ਹਾਂਜੀ, ਕਹਿ ਚੁੱਕੇ ਨੇ। ਵੈਸੇ ਵੀ ਤੁਸੀਂ ਕਿਸੇ ਪਿੰਡ ਦੀ ਵੋਟਰ ਸੂਚੀ ਦੇਖੋ ਤਾਂ ਬਰਾਬਰ ਜੇ ਵੋਟਾਂ ਨੇ ਲੇਡੀਜ਼ ਦੀਆਂ ਅਤੇ ਜੈਂਟਸ ਦੀਆਂ, ਇਹ ਤਾਂ ਰੱਬ ਨੇ ਬਰਾਬਰ ਬਣਾਈਆਂ। ਚਲੋ ਹੈਗੀਆਂ ਨੇ, ਜੇ ਰੱਬ ਨੇ ਬਣਾਇਆ ਤਾਂ ਰੱਬ ਥੱਲੇ ਅਸੀਂ ਚੱਲਣਾ। ਸੋ ਜਿੱਥੇ ਪੜ੍ਹੀਆਂ ਲਿਖੀਆਂ ਲੇਡੀਜ਼ ਜਿਹੜੀਆਂ ਨੇ ਉਹਨਾਂ ਨੂੰ ਸ਼ੌਕ ਵੀ ਹੈ, ਅਤੇ ਇਸ ਕਰਕੇ ਉਹ ਇਹ ਨਹੀਂ ਗੱਲ ਵੀ ਲੇਡੀਜ਼ ਨੂੰ ਸਮਝ ਨਹੀਂ ਜਾਂ ਲੇਡੀਜ਼ ਨੂੰ ਕੰਮ ਕਰਨਾ ਨਹੀਂ ਆਉਂਦਾ, ਸਿਰਫ ਇਹ ਸੁਸਾਇਟੀ ਉਹਨਾਂ ਨੂੰ ਅੱਗੇ ਨਹੀਂ ਹੋਣ ਦਿੰਦੀ। ਪਰ ਹੁਣ ਸਮਾਂ ਬਹੁਤ ਅੱਗੇ ਆ ਚੁੱਕਾ, ਹੁਣ ਲੇਡੀਜ਼ ਅਗਾਂਹ ਅੱਗੇ ਆਉਣਗੀਆਂ, ਅਸੀਂ ਉਹਨਾਂ ਨੂੰ ਇਨਕਰੇਜ ਕਰਾਂਗੇ ਵੀ ਜ਼ਰੂਰ। ਅਤੇ ਤੁਹਾਡੇ ਕੋਲ ਰੂਰਲ ਡਿਵੈਲਪਮੈਂਟ ਲਈ ਕਿੰਨਾ ਫੰਡ ਹੈ ਅਤੇ ਕਿੰਨੇ ਫੰਡ ਲਈ ਤੁਸੀਂ ਕੇਂਦਰ 'ਤੇ ਡਿਪੈਂਡੈਂਟ ਹੈਗੇ ਹੋ? ਨਹੀਂ, ਫੰਡ ਤਾਂ ਕੇਂਦਰ 'ਤੇ ਵੀ ਡਿਪੈਂਡੈਂਟ ਹੈਗੀਆਂ, ਜਿਹੜੀਆਂ ਸਕੀਮਾਂ ਬੜੀਆਂ ਕੇਂਦਰ ਵੱਲੋਂ ਵੀ ਆਉਂਦੀਆਂ ਨੇ ਅਤੇ ਪੰਜਾਬ ਨੂੰ ਵੀ ਆਪਣਾ ਸ਼ੇਅਰ ਪਾਉਣਾ ਪੈਂਦਾ। ਹਾਂਜੀ, ਉਹ ਮਨਰੇਗਾ ਵੀ ਹੈਗੀ ਹੈ, ਹੋਰ ਵੀ ਬੜੀਆਂ ਸਕੀਮਾਂ ਹੈਗੀਆਂ ਨੇ, ਅਤੇ ਪਰ ਪਿਛਲੀ ਸਰਕਾਰ ਵੇਲੇ ਬੜੀਆਂ ਸਕੀਮਾਂ ਰਹਿ ਗਈਆਂ ਕਿਉਂਕਿ ਪੰਜਾਬ ਕੋਲ ਆਪਣਾ ਸ਼ੇਅਰ ਨਹੀਂ ਪਾਇਆ ਗਿਆ। ਸੋ ਇਹ ਅਨਫੋਰਚੁਨੇਟ ਗੱਲ ਹੈ, ਹੁਣ ਕੈਪਟਨ ਸਾਹਿਬ ਇਸ ਗੱਲ ਵੱਲ ਧਿਆਨ ਦੇ ਰਹੇ ਨੇ ਵੀ ਕੋਈ ਸੈਂਟਰ ਦੀ ਸਕੀਮ ਜਿਹੜੀ ਆਉਣੀ ਹੈ, ਜਿਹੜੀ ਪੰਜਾਬ ਨੂੰ ਗ੍ਰਾਂਟ ਮਿਲਣੀ ਹੈ, ਪੰਜਾਬ ਦਾ ਸ਼ੇਅਰ ਜਿਹੜਾ ਉਹ ਜ਼ਰੂਰ ਪਾਇਆ ਜਾਵੇ ਅਤੇ ਸੈਂਟਰ ਦੀਆਂ ਸਕੀਮਾਂ ਦਾ ਪੂਰਾ ਫਾਇਦਾ ਉਠਾਇਆ ਜਾਵੇ। ਅਤੇ ਸਾਡੇ ਕੋਲ ਵਰਲਡ ਬੈਂਕ ਦਾ ਵੀ ਕਰਜ਼ਾ ਹੈਗਾ? ਵਰਲਡ ਬੈਂਕ ਦਾ ਸਾਡੇ ਕੋਲ ਸੈਨੀਟੇਸ਼ਨ ਵਾਸਤੇ ਆ, ਸੈਨੀਟੇਸ਼ਨ ਕਰਜ਼ਾ। ਅਸੀਂ ਜਿਹੜਾ ਮੇਰਾ ਦੂਸਰਾ ਮਹਿਕਮਾ ਹੈ ਉਹਦੇ 'ਚ ਅਸੀਂ ਹਰ ਘਰ 'ਚ ਜਿਸ ਘਰ 'ਚ ਟਾਇਲਟ ਹੈ ਨਹੀਂ ਗੀ, ਇੱਕ ਟਾਇਲਟ ਬਣਾ ਕੇ ਦੇਣੀ। ਉਹ ਅਸੀਂ ਉਹਨੂੰ ਉਸ ਘਰ ਵਾਲੇ ਨੂੰ 15,000 ਰੁਪਈਆ ਦੇਣਾ, ਪਹਿਲੀ ਇੰਸਟਾਲਮੈਂਟ ਦੇਣੀ 5,000 ਦੀ, ਉਹ ਆਪਣਾ ਟੋਏ ਪੁੱਟੇਗਾ, ਫਿਰ ਉਸ ਉਹਦੀ ਸਬੂਤ ਲੈ ਕੇ ਉਹਦੇ ਲਾਗੇ ਫੋਟੋ ਖਿਚਾ ਕੇ ਨੈੱਟ 'ਤੇ ਪਾ ਦੇਣੀ ਹੈ, ਫਿਰ ਦੂਸਰਾ 5,000 ਦੇਣਾ, ਉਹ ਸਿੰਕ ਬਣਾਏਗਾ ਛੋਟੇ, ਕੰਧਾਂ ਕੱਢੇਗਾ, ਫਿਰ ਉਹ ਅਗਲਾ 5,000 ਉਹ ਸੀਟ ਲਾਵੇਗਾ। ਇਸ ਸਕੀਮ ਦੇ ਵਿੱਚ ਜਿਹੜਾ ਪੰਜਾਬ ਸ਼ੇਅਰ ਹੈ ਉਹ ਪੰਜਾਬ ਕੋਲ ਨਹੀਂ ਸੀ ਪੈ ਰਿਹਾ, ਉਹਦੇ ਲਈ ਵਰਲਡ ਬੈਂਕ ਨੇ ਲੋਨ ਦਿੱਤਾ ਪੰਜਾਬ ਸ਼ੇਅਰ ਵਾਸਤੇ, ਅਤੇ ਉਹ ਲੋਨ ਅਸੀਂ ਪੰਜਾਬ ਸ਼ੇਅਰ ਵਾਸਤੇ ਇਹ ਗਰੀਬਾਂ ਵਾਸਤੇ ਵਰਤ ਰਹੇ ਹਾਂ ਵੀ ਇਹ ਸਕੀਮ ਜਿਹੜੀ ਹੈ ਸਾਰੇ ਘਰ 'ਚ
ਅਸੀਂ ਡਿਊਟੀ ਬਾਉਂਡ ਆ ਵੀ ਹਰ ਘਰ 'ਚ ਟਾਇਲਟ ਹੋਵੇ। ਇੱਥੇ ਇੱਕ ਸਰਵੇਖਣ ਹੋਇਆ ਸੀ ਜਿੱਥੇ ਇਹ ਦੱਸਿਆ ਕਿ ਵੀ ਜਿਹੜੇ ਅਸੀਂ ਬਾਥਰੂਮ ਬਣਾ ਵੀ ਚੁੱਕੇ ਹਾਂ ਉਹਨਾਂ ਦੀਆਂ ਨਾਲੀਆਂ ਅਤੇ ਪਾਣੀ ਦੇ ਪੀਣ ਵਾਲੀਆਂ ਪਾਈਪਾਂ ਬਹੁਤ ਨੇੜੇ ਹਨ ਅਤੇ ਉਹਦੇ ਨਾਲ ਜੋ ਕੈਮੀਕਲਸ ਆ ਰਹੇ ਪੀਣ ਵਾਲੇ ਪਾਣੀ ਉਹ ਫਰਟੀਲਾਈਜ਼ਰ ਤੋਂ ਵੱਡਾ ਕਾਰਨ ਹੈ ਕੈਂਸਰ ਦੇ ਫੈਲਣ ਦਾ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਬਿਲਕੁਲ ਸਹੀ ਗੱਲ ਹੈ। ਬਿਕੋਜ਼ ਕੈਂਸਰ ਇੱਕ ਬਹੁਤ ਵੱਡੀ ਪ੍ਰੋਬਲਮ ਬਣ ਗਈ ਹੈ ਹੁਣ ਪੰਜਾਬ ਵਿੱਚ ਐਂਡ ਪਾਣੀ ਦਾ ਮੇਨ ਸੋਰਸ ਹੀ ਉੱਥੋਂ ਆ ਰਿਹਾ ਹੈਗਾ। ਸੋ ਅਸੀਂ ਨੂੰ ਕਿੱਦਾਂ ਰੋਕ ਸਕਦੇ ਹਾਂ ਸੁਧਾਰ? ਠੀਕ ਹੈ, ਤੁਹਾਡੀ ਜਿਹੜੀ ਤੁਹਾਡਾ ਜਿਹੜਾ ਕੰਸਰਨ ਹੈ ਤੁਹਾਡੀ ਜਿਹੜੀ ਗੱਲ ਹੈ ਬਿਲਕੁਲ ਸਹੀ ਹੈ। ਇਹ ਹੁਣ ਅੱਗੋਂ ਅਸੀਂ ਇਸ ਬਾਰੇ ਬੜਾ ਪ੍ਰੋਪਰਲੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀਆਂ ਸਾਡਾ ਅਸੀਂ ਡਿਊਟੀ ਪਾਉਣ ਦਾ ਹਰ ਘਰ 'ਚ ਸਾਫ਼ ਪਾਣੀ ਦੇਣ ਜੀ, ਸਾਰੀਆਂ ਗੌਰਮੈਂਟ ਡਿਊਟੀ ਪਾਉਣਾ ਇਹ ਇੱਕ ਬੜੀ ਵੱਡੀ ਸੇਵਾ ਇਨਸਾਨੀਅਤ ਦੀ ਜੇ ਅਸੀਂ ਹਰ ਘਰ 'ਚ ਸਾਫ਼ ਪਾਣੀ ਦੇ ਸਕੀਏ ਤਾਂ ਉਹਦੇ ਲਈ ਅਸੀਂ ਹਰ ਘਰ ਦੇ ਵਿੱਚ ਇੱਕ ਪੁਆਇੰਟ ਦੇਣਾ ਹੈ ਜੀ। ਉਸ ਪੁਆਇੰਟ ਨੂੰ ਉਹ ਗਾਂ ਆਪੇ ਯੂਜ਼ ਕਰਨਗੇ, ਅੰਦਰਲੀ ਵਾਇਰਿੰਗ ਘਰ ਵਾਲੇ ਕਰਾਉਣਗੇ ਵੀ ਘਰ ਤੱਕ ਅਸੀਂ ਪੁਆਇੰਟ ਦੇਣਾ। ਸੋ ਅਸੀਂ ਇਹ ਗੱਲ ਦੇਖ ਰਹੇ ਹਾਂ ਵੀ ਜਿਹੜੀਆਂ ਟਾਇਲਟਸ ਦੀਆਂ ਪਾਈਪਸ ਨੇ ਅਤੇ ਜਿਹੜੀਆਂ ਪਾਣੀ ਵਾਲੀਆਂ ਪਾਈਪਸ ਨੇ ਉਹਨਾਂ ਦਾ ਖਾਸਾ ਡਿਫਰੈਂਸ ਹੋਵੇ ਅਤੇ ਪਾਣੀ ਮਿਕਸ ਨਾ ਹੋ ਸਕੇ। ਅਤੇ ਟ੍ਰੀਟਮੈਂਟ ਪਲਾਂਟਸ ਵੀ ਅਸੀਂ ਹੋਰ ਟ੍ਰੀਟਮੈਂਟ ਪਲਾਂਟਸ ਦਾ ਵੀ ਚੱਲ ਰਿਹਾ, ਪਰ ਟ੍ਰੀਟਮੈਂਟ ਪਲਾਂਟਸ ਲਈ ਜਗ੍ਹਾ ਲੈਣੀ, ਜ਼ਮੀਨ ਅਕੁਆਇਰ ਕਰਨੀ ਇੱਕ ਥੋੜ੍ਹੀ ਜਿਹੀ ਹੈਡਕ ਹੈਗੀ ਹੈ, ਪਰ ਇਹ ਹੈਗਾ ਚੱਲ ਰਿਹਾ। ਜਿਹੜੇ ਪਿੰਡਾਂ ਕੋਲ ਸ਼ਾਮਲਾਟ ਜ਼ਮੀਨ ਹੁੰਦੀ ਹੈ ਇਹਦੇ ਬਾਰੇ ਕੀ ਪਲਾਂਸ ਨੇ? ਉਹ ਟ੍ਰੀਟਮੈਂਟ ਪਲਾਂਟਸ ਲਈ ਹੋ ਸਕਦੀ ਹੈ, ਸਰਕਾਰ ਵੱਲੋਂ ਹੋ ਸਕਦੀ ਹੈ, ਕਿ ਉਹਨੂੰ ਅਸੀਂ ਮੁਨਾਫਾ ਕਿੱਦਾਂ ਕਮਾ ਸਕਦੇ ਹਾਂ ਉਹਦੇ ਵਿੱਚ? ਦੇਖੋ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਨੇ ਕਈਆਂ ਪਿੰਡਾਂ 'ਚ ਬਹੁਤ ਜ਼ਿਆਦਾ ਨੇ। ਦੇਖੋ ਜਿਵੇਂ ਕਈਆਂ ਪਿੰਡਾਂ ਦੀ ਆਪਣੀ ਮਾਲਕੀ ਬਹੁਤ ਜ਼ਿਆਦਾ ਵੈ, ਕਲਾਨੌਰ ਪਿੰਡ ਦੀ 1700 ਏਕੜ ਮਾਲਕੀ ਹੈ, ਡੇਰ ਬਾਬਾ ਨਾਨਕ 'ਚ ਰੰਧਾਵਾ ਸਾਹਿਬ ਦੇ ਹਲਕੇ 'ਚ ਕਈਆਂ ਪਿੰਡਾਂ 'ਚ 300-300 ਏਕੜ ਦੀ ਮਾਲਕੀ ਹੈ, ਪਰ ਅਨਫੋਰਚੁਨੇਟਲੀ ਪੂਰਾ ਧਿਆਨ ਜਿੰਨੀ ਆਮਦਨ ਲੈਣੀ ਚਾਹੀਦੀ ਉਹ ਨਹੀਂ ਆ ਸਕਦੀ ਜੀ। ਕੁਝ ਪੋਲੀਟੀਸ਼ੀਅਨ ਦੀਆਂ ਕੰਪਲਸ਼ਨ ਹੁੰਦੀਆਂ ਨੇ, ਕੁਛ ਮਜਬੂਰੀਆਂ ਹੋਰ ਤਰ੍ਹਾਂ ਦੀਆਂ ਹੋ ਗਈਆਂ, ਪਰ ਆਮਦਨ ਜਿਹੜੀ ਆ ਉਹ ਅਸੀਂ ਸੋਚ ਰਹੇ ਹਾਂ ਵੀ ਪ੍ਰੋਪਰਲੀ ਉਹਨਾਂ ਦੀ ਬੋਲੀ ਕਰਾਈ ਜਾਵੇ ਤਾਂ ਓਪਨ ਬੋਲੀ ਹੋਵੇ ਅਤੇ ਇਸ ਆਮਦਨ ਨੂੰ ਵਧਾਇਆ ਜਾਵੇ। ਇੱਕ ਅਸੀਂ ਹਰ ਸ਼ਹਿਰ ਹਰ ਪਿੰਡ ਵਿੱਚ ਇੱਕ ਟ੍ਰੈਂਡ ਦੇਖਦੇ ਹਾਂ, ਜਦ ਵਾਟਰ ਪਾਈਪ ਡਿੱਗ ਕਰੀਆਂ ਹੁੰਦੀਆਂ ਕੋਈ ਇਹ ਵਿਹਲਾ ਹੁੰਦਾ ਹੀ ਨਹੀਂ ਕਿ ਵੀ ਹਾਂ ਹੁਣ ਡਿਗਿੰਗ ਨਹੀਂ ਹੋ ਰਹੀ ਹੋਵੇ, ਔਰ ਉਹਦੇ ਨਾਲ ਬਿਕੋਜ਼ ਆਬਾਦੀ ਤਾਂ ਵੱਧਦੀ ਜਾ ਰਹੀ ਹੈ, ਐਕਸੀਡੈਂਟਸ ਵੀ ਵੱਧਦੇ ਜਾ ਰਹੇ। ਸੋ ਇਹ ਕੁਛ ਪਲੈਨਿੰਗ ਦੀ ਲੋੜ ਹੈ ਕਿ ਹਾਂ ਅਸੀਂ ਦੂਰਅੰਦੇਸ਼ੀ ਸੋਚ ਨਹੀਂ ਹੁੰਦੀ ਕਿ ਵੀ ਅਸੀਂ ਇਹਨੂੰ ਜ਼ਿਆਦਾ ਦਵਾ। ਬਿਲਕੁਲ ਤੁਹਾਡੀ ਸਹੀ ਗੱਲ ਹੈ, ਦੂਰਅੰਦੇਸ਼ੀ ਸੋਚ ਵਾਲੀ ਗੱਲ ਹੈ ਨਹੀਂ ਗੀ। ਸਭ ਤੋਂ ਪਹਿਲਾਂ ਤਾਂ ਸ਼ਹਿਰਾਂ 'ਚ ਸੀਵਰ ਪੈਣਾ ਚਾਹੀਦਾ, ਹਜੇ ਬੜੇ ਸਾਡੇ ਸ਼ਹਿਰ ਹੈਗੇ ਨੇ ਜਿੱਥੇ ਸੀਵਰ ਨਹੀਂ ਪਿਆ ਜੀ, ਤਾਂ ਸੀਵਰ ਤਾਂ ਨਹੀਂ ਪਿਆ ਪਰ ਗਲੀਆਂ ਨਾਲੀਆਂ ਅਸਾਂ ਬਹੁਤ ਸੋਹਣੀਆਂ ਬਣਾ ਦਿੱਤੀਆਂ, ਪਰ ਜਿਸ ਦਿਨ ਸੀਵਰ ਪੈਣਾ ਉਹ ਗਲੀਆਂ ਨਾਲੀਆਂ ਫਿਰ ਪੁੱਟਣੀਆਂ ਨੇ। ਸੋ ਚੰਗੀ ਗੱਲ ਤਾਂ ਇਹ ਹੀ ਆ ਵੀ ਗਲੀਆਂ ਨਾਲੀਆਂ ਬਣਾਉਣ ਤੋਂ ਪਹਿਲਾਂ ਸੀਵਰ ਪਵੇ ਜੀ, ਜਦੋਂ ਸੀਵਰ ਪ੍ਰੋਪਰਲੀ ਚੱਲ ਜਾਵੇ ਫਿਰ ਅਸੀਂ ਉੱਪਰ ਗਲੀਆਂ ਨਾਲੀਆਂ ਬਣਾਈਏ। ਮਤਲਬ ਹਰ ਸਰਕਾਰ ਉਹ ਚੋਣ ਮੈਨੀਫੈਸਟੋ ਵਿੱਚ ਆਪਣੇ ਦਿਖਾਉਣ ਲਈ ਉਹਦੇ ਨਾਲ ਕੰਮ ਕਰਦੀ ਹੈ, ਲੰਬਾ ਕੋਈ ਨਹੀਂ ਕੰਮ, ਬੁਨਿਆਦੀ ਤੌਰ 'ਤੇ ਕੰਮ ਕਰਨਾ ਥੋੜ੍ਹਾ ਜਿਹਾ ਹੈ ਨੁਕਸ, ਬਟ ਉਮੀਦ ਕਰਦੇ ਹਾਂ ਕਿ ਕਾਂਗਰਸ ਐਤਕੀ ਥੋੜ੍ਹਾ ਲੰਬਾ। ਬਿਲਕੁਲ ਬਿਲਕੁਲ, ਕਿਉਂਕਿ ਕੈਪਟਨ ਸਾਹਿਬ ਕਮਿਟਡ ਨੇ ਇਹਨਾਂ ਗੱਲਾਂ 'ਤੇ, ਸੋ ਬੜਾ ਮਨਿਊਟਲੀ ਉਹ ਹਰ ਡਿਪਾਰਟਮੈਂਟ ਨੂੰ ਹਰ ਫੈਸਲੇ ਨੂੰ ਅਬਜ਼ਰਵ ਕਰ ਰਹੇ ਨੇ, ਦੇਖ ਰਹੇ ਨੇ, ਧਿਆਨ ਰੱਖ ਰਹੇ ਨੇ। ਸੋ ਮੇਰਾ ਖਿਆਲ ਆ ਉਹ ਕਰਕੇ ਦਿਖਾਲਣਗੇ, ਅਸੀਂ ਉਹਨਾਂ ਦੇ ਆਦੇਸ਼ਾਂ 'ਤੇ ਅਸੀਂ ਵੀ ਸਿੰਸੀਅਰਲੀ ਆਪਣੇ ਮਹਿਕਮਿਆਂ 'ਚ ਉਸ ਤਰ੍ਹਾਂ ਹੀ ਲਾਗੂ ਕਰਨ ਵਾਲੇ ਪਾਸੇ ਪਵਾਂਗੇ। ਇੱਕ ਅਸੀਂ ਟ੍ਰੈਂਡ ਦੇਖਿਆ ਹੈ ਪਿਛਲੀ ਸਰਕਾਰ ਵਿੱਚ, ਜਿਵੇਂ ਸਾਰਾ ਵਿਕਾਸ ਜਾਂ ਤਾਂ ਬਠਿੰਡੇ ਵੱਲ ਹੋਇਆ ਜਾਂ ਜਲਾਲਾਬਾਦ ਵੱਲ ਹੋਇਆ, ਭਾਵੇਂ ਕਾਦੀਆਂ ਨਾਨਕਾ ਹੈ ਤਾਂ ਮੈਨੂੰ ਖੁਸ਼ੀ ਹੋਈ ਕਿ ਸਿਰਫ ਪਹਿਲਾਂ ਕਾਦੀਆਂ ਵਿੱਚ ਹੀ ਹੋਣ, ਬਟ ਸਟਿਲ ਕਿ ਅਸੀਂ ਐਕਸਪੈਕਟ ਕਰ ਦਾਂਗੇ ਕਿ ਵੀ ਪੂਰੇ ਪੰਜਾਬ ਦਾ ਇੱਕ ਬਰਾਬਰ ਵਿਕਾਸ ਹੋਵੇ। ਬਿਕੋਜ਼ ਜੇ ਅੱਜ ਇੰਨਾ ਹੁੰਗਾਰਾ ਮਿਲਿਆ ਤਾਂ ਉਹ ਸਾਰੇ ਕਾਂਗਰਸ ਨੂੰ, ਜਿਵੇਂ ਤੁਸੀਂ ਕਹਿੰਦੇ ਹੋ ਕੈਪਟਨ ਸਾਹਿਬ ਨੂੰ ਮਿਲਿਆ, ਪੂਰੇ ਪੰਜਾਬ ਵੱਲੋਂ ਮਿਲਿਆ ਹੈ। ਠੀਕ ਹੈ ਜੀ। ਅਤੇ ਆਪਣੇ ਆਪਣੇ ਹਲਕੇ ਨੂੰ ਛੱਡ ਕੇ ਅਸੀਂ ਪੂਰੇ ਪੰਜਾਬ ਬਾਰੇ ਇਸ ਵਾਲੀ ਸੋਚ। ਜੇ ਕੈਪਟਨ ਸਾਹਿਬ ਨੂੰ ਸਭ ਤੋਂ ਵੱਧ ਹੁੰਗਾਰਾ ਮਿਲਿਆ ਤਾਂ ਮਾਝੇ 'ਚ ਮਿਲਿਆ ਜੀ। ਹਾਂਜੀ, ਤੁਹਾਡੇ ਨਾਨਕਿਆਂ ਤੋਂ ਮਿਲਿਆ ਵਾ। ਨਹੀਂ ਮੈਂ ਮੰਨਦੀ ਹਾਂ ਉਹ ਮੇਰੇ ਨਾਨਕੇ ਨੇ, ਪਰ ਪੰਜਾਬ ਵੀ ਸਾਰਾ ਸਾਡਾ ਹੀ ਹੈਗਾ। ਬਿਲਕੁਲ, ਅਸੀਂ ਕੈਪਟਨ ਸਾਹਿਬ ਦਾ ਸਾਰਾ ਧਿਆਨ ਸਾਰੇ ਪੰਜਾਬ ਵੱਲ ਹੈ, ਸਾਰੇ ਪੰਜਾਬ ਬਰਾਬਰੀ ਦੀ, ਬਿਲਕੁਲ ਬਰਾਬਰ ਹੋਵੇਗਾ। ਠੀਕ ਹੈ, ਬਾਦਲ ਸਾਹਿਬ ਮਾਲਵੇ ਵੱਲ ਜ਼ਿਆਦਾ ਹੀ ਬਠਿੰਡੇ ਨੂੰ ਜ਼ਿਆਦਾ ਹੀ ਕਰਦੇ ਰਹੇ, ਪਰ ਕੈਪਟਨ ਸਾਹਿਬ ਦੀ ਸੋਚ ਇਹੋ ਜਿਹੀ ਨਹੀਂ। ਜੇ ਉਹ ਰਹਿਣ ਵਾਲੇ ਭਾਵੇਂ ਪਟਿਆਲੇ ਦੇ ਨੇ, ਭਾਵੇਂ MP ਤੋਂ ਅੰਮ੍ਰਿਤਸਰ ਤੋਂ ਬਣੇ ਸੀ। ਹਾਂਜੀ, ਇਸ ਕਰਕੇ ਉਹ ਸਾਰੇ ਪੰਜਾਬ ਬਾਰੇ ਸੋਚਣਗੇ। ਸੀ ਗੱਲ ਪੰਜਾਬ ਦੀ ਗੱਲ ਹੈ,
ਅੱਜ ਤੁਹਾਨੂੰ 40 ਸਾਲ ਤੋਂ ਵੱਧ ਹੋ ਗਏ ਨੇ ਸਿਆਸਤ ਵਿੱਚ, ਤੁਸੀਂ ਵੀ ਆਈ ਥਿੰਕ ਕੈਪਟਨ ਸਾਹਿਬ ਦੇ ਨੇੜੇ ਤੇੜੇ ਦੀ ਉਮਰ, ਇਹ ਕੀ ਤੁਹਾਡਾ ਆਖਰੀ ਚੋਣ ਸੀ ਕਿ ਤੁਸੀਂ ਅਜੇ ਕੰਟੀਨਿਊ ਕਰੋਗੇ? ਨਹੀਂ, ਮੇਰਾ ਆਈ ਥਿੰਕ ਸੋ ਵੀ ਮੇਰਾ ਆਖਰੀ ਹੋਊਗਾ, ਬਾਕੀ ਸਮਾਂ ਦੱਸੇਗਾ, ਪਰ ਮੇਰੀ ਸੋਚ ਇਹ ਆ ਵੀ ਅੱਜ ਦੀ ਸਿਆਸਤ ਅਤੇ 40 ਸਾਲ ਦੀ ਸਿਆਸਤ ਵਿੱਚ ਕੀ ਅੰਤਰ ਹੈ? ਬਹੁਤ ਅੰਤਰ। ਕਿੱਦਾਂ ਦਾ, ਚੰਗਾ ਮਾੜਾ? ਨਹੀਂ, ਮਾੜਾ ਆ ਰਿਹਾ। ਮਾੜਾ ਆ ਰਿਹਾ, ਹਾਂਜੀ। ਕਿਸ ਤਰ੍ਹਾਂ? ਜਿਹੜਾ ਸਾਡਾ ਪੋਲੀਟੀਸ਼ੀਅਨਸ ਦਾ ਮਿਆਰ ਆ, ਜਾਂ ਆਫਿਸਰ ਦਾ ਮਿਆਰ ਆ, ਜਾਂ ਟੀਚਰ ਆ, ਜਾਂ ਡਾਕਟਰ ਆ, ਪੁਲਿਸਮੈਨ ਆ, ਸਾਰੇ ਸਾਰਾ ਸੁਸਾਇਟੀ ਹੋਈ ਥੱਲੇ ਨੂੰ ਜਾ ਰਹੀ ਹੈ। ਅਸੀਂ ਡਿਊਟੀ ਬਾਉਣ ਨਹੀਂ ਹੈਗੇ, ਐਡਾਕਿਜ਼ਮ ਜਿਹਾ ਆਇਆ ਪਿਆ, ਆਪਣਾ ਸਮਾਂ ਕੱਢੋ, ਲੌਂਗ ਪਲੈਨਿੰਗ ਨਹੀਂ ਹੈਗੀ। ਤਾਂ ਅਸੀਂ ਜਿਹੜੀ ਹੁਣ ਮੇਰੇ ਕੋਲ ਮੈਂ ਸੈਨੀਟੇਸ਼ਨ ਹੈ ਜਾਂ ਕੁਛ ਹੈ, ਕੋਈ ਵੀ ਵਰਕਿੰਗ ਹੋ ਰਹੀ ਹੈ, ਤਾਂ ਜਿਹੜੀ ਕੁਆਲਿਟੀ ਆਫ ਵਰਕ ਹੈ ਜੋ ਮੈਂ ਮਹਿਸੂਸ ਕੀਤਾ, ਜੋ ਹੋਣਾ ਚਾਹੀਦਾ, ਉਹ ਨਹੀਂ ਹੈਗਾ। ਜਿਹੜਾ ਜਿਸ ਟਾਈਮ ਦੇ ਵਿੱਚ ਪ੍ਰੋਜੈਕਟ ਪੂਰਾ ਹੋਣਾ ਚਾਹੀਦਾ, ਉਹ ਨਹੀਂ ਹੈਗਾ। ਸੋ ਇਹ ਜਿਹੜਾ ਨਿਗਾਰ ਆਇਆ ਸੁਸਾਇਟੀ 'ਚ, ਆਲ ਓਵਰ ਹੀ ਆਇਆ, ਮੇਰੇ ਖਿਆਲ 'ਚ ਆਫਿਸਰਸ ਜਿਹੜੇ ਨੇ ਜਾਂ ਪੁਲਿਸ ਜਿਹੜੀ ਆ, ਉਹਨਾਂ ਕੋਲੋਂ ਥੋੜ੍ਹਾ ਬਹੁਤਾ ਜੇ ਗਲਤ ਹੋਇਆ ਤਾਂ ਪੋਲੀਟੀਸ਼ੀਅਨਸ ਨੇ ਕਰਾਇਆ। ਸੋ ਮੇਰਾ ਖਿਆਲ ਆ ਵੀ ਸਭ ਤੋਂ ਪਹਿਲਾਂ ਪੋਲੀਟੀਸ਼ੀਅਨ ਨੂੰ ਆਪਣੇ ਆਪ 'ਤੇ ਕੰਟਰੋਲ ਕਰਨ ਦੀ ਲੋੜ ਹੈ, ਜਿਹੜਾ ਕੈਪਟਨ ਸਾਹਿਬ ਟਰਾਈ ਕਰ ਰਹੇ ਨੇ। ਅਸੀਂ ਜਿਵੇਂ ਗੱਲ ਕਰ ਰਹੇ ਸੀ ਪਹਿਲਾਂ ਕਿ ਤੁਸੀਂ 40 ਸਾਲ ਦਾ ਤਜ਼ਰਬਾ ਹੋ ਗਿਆ ਹੈ, ਅਤੇ ਤੁਸੀਂ ਅੱਜ ਕਿਹੜਾ ਆਪਣਾ ਪੀਰੀਅਡ ਬੈਸਟ ਸਮਝੋਗੇ? ਤੁਸੀਂ ਅੱਜ ਰਿਟਾਇਰ ਜ਼ਰੂਰ ਕਰਨਾ ਚਾਹੋਗੇ, ਬਟ ਸਿਆਸਤ ਤਜਰਬੇ ਨਾਲ ਚੰਗੀ ਆਉਂਦੀ ਹੈ ਕਿ ਜਵਾਨੀ ਦਾ ਜੋਸ਼ ਬੈਟਰ ਰਹਿੰਦਾ ਹੈਗਾ? ਦੋਵੇਂ ਗੱਲਾਂ ਹੀ ਚਾਹੀਦੀਆਂ ਨੇ। ਤਜਰਬਾ ਤਾਂ ਉਮਰ ਨਾਲ ਆਏਗਾ, ਜੋਸ਼ ਅਤੇ ਹੋਸ਼ ਦੋਵੇਂ ਇਕੱਠੇ ਹੋਣ, ਪਰ ਤਜਰਬਾ ਔਰ ਉਹ ਜੋਸ਼ ਕਦੀ ਸੇਮ ਉਮਰ ਵਿੱਚ ਨਹੀਂ ਆਉਂਦਾ, ਨਹੀਂ ਹੁੰਦਾ। ਸੋ ਵਾਟ ਇਜ਼ ਦਾ ਆਈਡੀਅਲ ਪੀਰੀਅਡ ਫੋਰ ਅ ਪੋਲੀਟੀਸ਼ੀਅਨ? ਨਹੀਂ, ਆਈਡੀਅਲ ਪੀਰੀਅਡ ਤਾਂ 35 ਤੋਂ 55-60 ਈਅਰ ਤੱਕ ਹੀ ਹੈਗਾ ਵਾ। ਦੈਟ ਇਜ਼ ਦਾ ਪੀਕ ਏਜ ਫੋਰ ਅ ਪੋਲੀਟੀਸ਼ੀਅਨ। ਹਾਂਜੀ, ਅਨਫੋਰਚੁਨੇਟਲੀ ਕਈਆਂ ਨੂੰ ਸਾਰੀ ਉਮਰ ਲੱਗ ਜਾਂਦੀ, ਬ੍ਰੇਕ ਨਹੀਂ ਮਿਲਦੀ, ਕਿਤੇ ਉਹਨਾਂ ਨੂੰ ਅਪਰਚੁਨਿਟੀ ਨਹੀਂ ਮਿਲਦੀ ਕੋਈ ਆਪਣਾ ਆਪ ਦਿਖਾ ਸਕਣ। ਜੇ ਮੈਂ ਅੱਜ MLA ਵਜ਼ੀਰ ਬਣ ਗਿਆ ਤਾਂ ਮਤਲਬ ਇਹ ਨਹੀਂ ਵੀ ਮੈਂ ਦੂਜੇ ਮੇਰੇ ਨਾਲ ਨਲਾਇਕ ਨੇ ਅਤੇ ਮੈਂ ਬਹੁਤ ਸਿਆਣਾ ਵਾਂ। ਕਈ ਅਨਫੋਰਚੁਨੇਟਲੀ ਕਈਆਂ ਨੂੰ ਮੌਕਾ ਹੀ ਨਹੀਂ ਮਿਲਦਾ। ਇਹ ਸਿਆਸਤ ਵਿੱਚ ਇੱਕ ਪਰਿਵਾਰਵਾਦ ਵੀ ਸ਼ੁਰੂ ਹੋ ਗਿਆ ਹੈ ਜੋ ਤੁਹਾਡਾ ਮਤਲਬ ਹੈ, ਬਟ ਡੂ ਯੂ ਥਿੰਕ ਕਿ ਇੱਕ ਫੈਮਿਲੀ ਤੋਂ ਸਿਆਸਤ ਦੀ ਟ੍ਰੇਨਿੰਗ ਇਜ਼ ਅ ਗੁੱਡ ਗਰਾਊਂਡ? ਇੱਕ ਪਹਿਲੂ ਹੈਗਾ, ਮੇਰੇ ਫਾਦਰ ਬਿਫੋਰ ਪਾਰਟੀਸ਼ਨ MLA ਮਿਨਿਸਟਰ ਬਣ ਗਏ ਸੀ, 52 'ਚ ਮਿਨਿਸਟਰ ਬਣ ਗਏ ਸੀ, ਬਟਾਲੇ ਤੋਂ MLA ਬਣੇ ਸੀ। ਪਰ ਅਸੀਂ ਪੰਜ ਭਰਾ ਵਾਂ, ਪੰਜਾਂ ਭਰਾਵਾਂ 'ਚ ਮੈਂ ਇਕੱਲਾ ਹੀ ਇਸ ਪਾਸੇ ਅਟਰੈਕਟ ਹੋਇਆ ਵਾਂ, ਬਾਕੀ ਭਰਾ ਸਾਰੇ ਆਪਣਾ ਕੰਮ ਕਰਦੇ। ਤੁਹਾਡੀ ਅਗਲੀ ਪੀੜ੍ਹੀ? ਹਾਂਜੀ, ਅਗਲੀ ਪੀੜ੍ਹੀ, ਅਗਲੀ ਪੀੜ੍ਹੀ ਹਜੇ ਮੇਰਾ ਕੋਈ ਬੱਚਾ ਇਸ ਪਾਸੇ ਨਹੀਂ ਪਿਆ। ਸੋ ਇੱਕ ਜ਼ਰੂਰੀ ਨਹੀਂ, ਪਰ ਅਟਰੈਕਸ਼ਨ ਹੋ ਜਾਂਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਜੇ ਡਾਕਟਰ ਦਾ ਮੁੰਡਾ ਡਾਕਟਰ ਬਣਦਾ ਤਾਂ ਲੋਕ ਉਹਦੀ ਤਾਰੀਫ ਕਰਦੇ ਨੇ, ਪਰ ਉਹਦਾ ਤਾਂ ਟ੍ਰੇਨਿੰਗ ਗਰਾਊਂਡ ਹੁੰਦਾ ਨਾ। ਅਤੇ ਸਾਡੀ ਵੀ ਟ੍ਰੇਨਿੰਗ ਗਰਾਊਂਡ ਹੁੰਦੀ। ਮੈਂ ਐਜ਼ ਏ ਮਿਸਲ ਕੁਸ਼ਨਰ ਪਹਿਲਾਂ ਬਣਿਆ, ਮੈਂ ਨੋਮੀਨੇਟਡ ਨਹੀਂ ਸੀ, ਇਲੈਕਟ ਹੋਇਆ ਸੀ। ਦੋ ਵਾਰੀ ਮਿਸਲ ਕੁਸ਼ਨਰ ਇਲੈਕਟ ਹੋਇਆ, ਆਪਣੇ ਸ਼ਹਿਰ ਦਾ ਮਿਸਲ ਕੁਟੀ ਦਾ ਪ੍ਰੈਜੀਡੈਂਟ ਇਲੈਕਟ ਹੋਇਆ, ਬੈਂਕਾਂ ਦੀਆਂ ਕੋਪਰੇਟਿਵ ਬੈਂਕਾਂ ਦੀਆਂ ਇਲੈਕਸ਼ਨਾਂ ਲੜੀਆਂ। ਸੋ ਬੜੇ ਛੋਟੇ ਲੈਵਲ ਤੋਂ ਉੱਠ ਕੇ ਇੱਥੇ ਪਹੁੰਚੇ। ਪਰ ਜੇ ਡਾਕਟਰ ਬਣਨ ਲਈ ਤੁਹਾਨੂੰ ਇੱਕ ਕਿਹੜੀ ਟ੍ਰੇਨਿੰਗ 'ਚੋਂ ਜਾਣਾ ਪੈਂਦਾ ਹੈਗਾ? ਤੁਸੀਂ ਕਾਲਜ ਜੁਆਇਨ ਕਰਦੇ ਹੋ, ਤੁਹਾਡੀ MBA ਹੁੰਦੀ ਹੈ, ਕੀ ਸਿਆਸਤ ਲਈ ਇੱਕ ਟ੍ਰੇਨਿੰਗ ਕੁਛ ਯੂ ਨੋ ਐਨੀਬਡੀ ਕੈਨ, ਭਾਵੇਂ ਉਹ 10ਵੀਂ ਪਾਸ ਉਹ ਵੀ ਸਿਆਸਤਦਾਨ ਬਣ ਸਕਦਾ, ਬਸ ਬੋਲਣਾ ਚੰਗਾ ਆਉਣਾ ਚਾਹੀਦਾ। ਤੁਸੀਂ ਕਹਿੰਦੇ ਜੁਮਲੇਬਾਜ਼ ਜੁਮਲੇਬਾਜ਼ ਅੱਜ ਦੀ ਜੋ ਨਵੀਂ ਜਨਰੇਸ਼ਨ ਆ ਰਹੀ ਉਹ ਵੀ ਜੁਮਲੇਬਾਜ਼ੀ। ਔਰ 2.5-2 ਲੱਖ ਸਾਡੀ ਵੋਟ ਹੁੰਦੀ ਆ ਜੀ, ਤੇ 2 ਲੱਖ ਲੋਕ ਸਾਨੂੰ ਦੇਖ ਰਹੇ ਹੁੰਦੇ ਨੇ, ਅਬਜ਼ਰਵ ਕਰ ਰਹੇ ਹੁੰਦੇ ਨੇ, ਸੁਣ ਰਹੇ ਹੁੰਦੇ ਨੇ, ਫਿਰ ਉਹ ਆਪਣੀ ਜੱਜਮੈਂਟ ਦਿੰਦੇ ਨੇ। ਫਿਰ ਇਹਦਾ ਸਾਡਾ ਐਕਸਪੀਰੀਅੰਸ ਜੇ ਸਾਡੇ 'ਚ ਕੁਛ ਹੈ ਹੀ ਹੈ ਜਿਹੜਾ ਅਸੀਂ 2 ਲੱਖ ਵੋਟਾਂ ਨੂੰ ਇੰਪ੍ਰੈਸ ਕਰਕੇ ਅਤੇ ਜਿੱਤ ਕੇ ਆਉਂਦੇ ਹਾਂ। ਨਹੀਂ, ਉਹ ਤਾਂ ਜਿੱਤਣ ਤੱਕ ਆ ਗਿਆ ਨਾ। ਸੋ ਦੈਟਸ ਵਾਟ ਆਮ ਸੇਇੰਗ, ਸਾਡੀ ਜਿਹੜਾ ਸਾਰਾ ਫੋਕਸ ਨਾ ਜਿੱਤ ਤੱਕ ਹੁੰਦਾ ਹੈਗਾ, ਜਦਕਿ ਐਕਚੁਅਲ ਫੋਕਸ ਹੋਣਾ ਚਾਹੀਦਾ ਹੈ ਕਿ ਵੀ ਅਸੀਂ ਕੇਪੇਬਿਲਿਟੀ ਕਿੰਨੀ ਹੈ। ਬਿਕੋਜ਼ ਜੇ ਅਸੀਂ ਚਾਹੁੰਦੇ ਹਾਂ ਪੋਲੀਟੀਸ਼ੀਅਨ ਵਿੱਚ ਸੁਧਾਰ ਆਏ ਤਾਂ ਉਹ ਤਾਂ ਐਜੂਕੇਸ਼ਨ ਐਂਡ ਟ੍ਰੇਨਿੰਗ ਥਰੂ ਆਲਮੋਸਟ। ਹੁਣ ਐਜੂਕੇਸ਼ਨ ਜਿਹੜੀ ਹੈ, ਜਿਹੜਾ ਨਵਾਂ ਪੋਲੀਟੀਸ਼ੀਅਨ ਆ ਰਿਹਾ ਵਾ, ਬੜੇ ਹਾਈਲੀ ਕੁਆਲੀਫਾਈਡ ਆ ਰਹੇ ਨੇ। ਬਟ ਡੂ ਯੂ ਥਿੰਕ ਇੱਕ ਪੋਲੀਟੀਸ਼ੀਅਨਸ ਲਈ ਸਪੈਸ਼ਲ ਕੋਰਸ, ਸਪੈਸ਼ਲ ਸਕੂਲ ਜਿੱਥੇ ਉਹਨਾਂ ਨੂੰ ਯੂ ਨੋ ਹਮਦਰਦੀ, ਨਮਰਤਾ ਵਰਗੀਆਂ ਚੀਜ਼ਾਂ ਸਿਖਾਉਣੀਆਂ ਚਾਹੀਦੀਆਂ? ਬਿਕੋਜ਼ ਅਸੀਂ ਉਹੀਓ ਚੀਜ਼ਾਂ ਮਿਸ ਕਰ ਰਹੇ ਹਾਂ ਅੱਜ ਦੇ ਪੋਲੀਟੀਸ਼ੀਅਨ। ਨਮਰਤਾ ਵਗੈਰਾ ਤਾਂ ਕੁਛ ਫੈਮਿਲੀ ਦੀ ਦੇਣ ਵੀ ਹੁੰਦੀ ਆ,
ਜਿਹੜੇ ਉਹ ਫੈਮਿਲੀ ਦੀਆਂ ਜਾਂ ਫਾਦਰ ਦੇ ਕੋਲੋਂ ਜੋ ਕੁਛ ਦੇਖਿਆ ਹੁੰਦਾ ਉਹ ਵੀ ਹੁੰਦਾ, ਬਾਕੀ ਸੁਸਾਇਟੀ 'ਚੋਂ ਇਹ ਤਾਂ ਬੰਦੇ ਦੇ ਆਪਣੇ ਸਿੱਖਣ 'ਤੇ ਆ। ਸਕੂਲ ਦੇ ਵਿੱਚ ਵੀ ਲੋਕ ਜਾਂਦੇ ਆ, ਮਤਲਬ ਵੀ ਇਹ ਤਾਂ ਨਹੀਂ ਸਾਰੇ ਨਮਰਤਾ ਨਹੀਂ ਸਿੱਖ ਕੇ ਹੁੰਦੇ। ਮੈਂ ਸਿਰਫ ਪੋਲੀਟੀਸ਼ੀਅਨ ਬਿਕੋਜ਼ ਹੈ ਇੱਕ ਸਮਾਜ ਸੇਵਾ ਬਟ ਹੁੰਦੀ ਘੱਟ ਹੈ, ਸੋ ਜੋ ਅੱਜ ਦਾ ਨਵਾਂ ਟ੍ਰੈਂਡ ਹੈ ਸੋ ਉੱਥੇ ਇੱਕ ਟ੍ਰੇਨਿੰਗ ਗਰਾਊਂਡ ਵੁੱਡ ਬੀ ਬੈਟਰ। ਮੈਂ ਇਹੋ ਕਹਿ ਰਿਹਾ ਨਾ ਵੀ ਕਿਸੇ ਜ਼ਮਾਨੇ 'ਚ ਡਾਕਟਰ ਇੱਕ ਦੂਜਾ ਰੱਬ ਗਿਣਿਆ ਜਾਂਦਾ ਸੀ ਜੀ, ਟੀਚਰ ਦੇ ਗਾਂ ਕੇ ਗੋਡੀ ਹੱਥ ਲਾਈਦਾ ਸੀ ਜਦੋਂ ਮਿਲਦਾ ਸੀ। ਅੱਜ ਉਹ ਮਿਆਰ ਵੀ ਨੀਚੇ ਗਿਆ, ਉਹ ਮਿਆਰ ਵੀ ਥੱਲੇ ਜਾ, ਉਹ ਵੀ ਥੱਲੇ ਜਾ ਰਿਹਾ। ਹੁਣ ਅਸੀਂ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਬਣ ਗਏ, ਪੂੰਜੀਵਾਦ ਸਾਡੀ ਮੇਬੀ ਇੱਕ ਸੋਸਾਇਟੀ ਦਾ ਇੱਕ ਦੌਰ ਹੈ, ਸਾਰੇ ਓਵਰਨਾਈਟ ਕਰੋੜਪਤੀ ਬਣਨਾ ਚਾਹੁੰਦੇ ਆ, ਮੇਬੀ ਇੱਕ ਦੌਰ ਹੈ ਤੇ ਫਿਰ ਦੌਰ ਹੈ ਬਿਲਕੁਲ। ਅੱਜ ਅਮਰੀਕਾ ਵਾਪਸ ਜ਼ਰੂਰਤ ਇੰਨੀਆਂ ਵੱਧ ਗਈਆਂ, ਹਰ ਘਰ 'ਚ ਜ਼ਰੂਰਤਾਂ ਜ਼ਿਆਦਾ, ਥੋੜ੍ਹੀ ਭੁੱਖ ਵੀ ਜ਼ਿਆਦਾ ਮੰਗ ਵੱਧ ਗਈ ਲੱਗਦੀ ਹੈ, ਸ਼ੋ ਆਫ ਵੀ ਹੈਗਾ ਵਾ, ਸਾਰਾ ਕੁਛ ਹੈਗਾ। ਤੁਸੀਂ ਆਪਣੀ ਇਸ ਸਿਆਸਤ ਦੇ ਜੋ ਚੋਣ ਕੀਤੀ ਕਿ ਮੈਂ ਸਿਆਸਤ ਵਿੱਚ ਜਾਣਾ, ਇਹਦੇ ਨਾਲ ਖੁਸ਼ ਰਹੇ ਕਿ ਹਾਂ ਮੈਂ ਇਹ ਮੈਂ ਠੀਕ ਚੋਣ ਕੀਤੀ ਸੀਗੀ? ਹੁਣ ਤਾਂ ਮੈਂ ਖੁਸ਼ ਹੀ ਹਾਂ ਜੋ ਇੱਥੇ ਪਹੁੰਚ ਗਏ, ਪਰ ਆਪਣੀ ਜ਼ਿੰਦਗੀ ਦੇ ਤੁਸੀਂ ਮਤਲਬ 70 ਸਾਲ ਤੁਸੀਂ ਕਿਹਾ ਪਰ ਉਹਨੇ ਮੇਅਰ ਕੀਤੀ, ਕੈਪਟਨ ਸਾਹਿਬ ਨੇ ਮੇਅਰ ਕੀਤੀ, ਹਾਈ ਕਮਾਂਡ ਨੇ ਮੇਅਰ ਕੀਤੀ, ਮੈਂ ਇਸ ਵੇਲੇ ਮਿਨਿਸਟਰ ਹਾਂ, ਅਤੇ ਮੈਂ ਅੱਜ ਕਿਉਂ ਨਾ ਖੁਸ਼ ਹੋਊਂਗਾ, ਮੈਂ ਤਾਂ ਖੁਸ਼ ਹੀ ਹਾਂ ਸੀਗਾ। ਸੋ ਪਿਛਲੇ 10 ਸਾਲ ਔਖੇ ਨਿਕਲੇ, ਉਹਨਾਂ ਵਿੱਚ ਵੀ ਖੁਸ਼ੀ ਸੀ? ਉਹਨਾਂ 'ਚ ਲੜਾਈ ਲੜੀ, ਵਰਕਰਾਂ ਨੇ ਲੜਾਈ ਲੜੀ, ਉਹਦਾ ਨਤੀਜਾ ਹੀ ਹੈ ਵੀ ਅੱਜ ਮੈਂ ਇੱਥੇ ਬੈਠਾ ਤੁਹਾਡੇ ਸਾਹਮਣੇ ਐਜ਼ ਅ ਮਿਨਿਸਟਰ। ਮੈਂ ਜ਼ਰੂਰ ਚਾਹਾਂਗੀ ਤੁਸੀਂ ਇੰਟਰਵਿਊ ਖਤਮ ਕਰਨ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕੁਛ ਇੱਕ ਲਾਈਨ ਵਿੱਚ ਕੁਛ ਉਮੀਦ ਦੇ ਜਾਓ ਕਿ ਹਾਂ ਪੰਜਾਬ ਸਰਕਾਰ ਆਪਣੇ ਵਾਅਦਿਆਂ 'ਤੇ ਖਰੀ ਉਤਰੇਗੀ। ਦੇਖੋ ਜੀ, ਕੈਪਟਨ ਸਾਹਿਬ ਨੇ ਜੋ ਕਮਿਟਮੈਂਟ ਕੀਤੀਆਂ ਨੇ, ਉਹਨਾਂ ਦਾ ਇੱਕ ਜ਼ਿੰਦਗੀ ਦਾ ਸਟਾਈਲ ਹੈ, ਉਹਨਾਂ ਨੂੰ ਕੁਛ ਵੀ ਕਰਨਾ ਪਵੇ ਉਹਨਾਂ ਆਪਣੀਆਂ ਕਮਿਟਮੈਂਟਸ ਜਿਹੜੀਆਂ ਨੇ ਜੋ ਵਾਅਦੇ ਕੀਤੇ ਨੇ ਉਹਨਾਂ ਕਰ ਵਿਖਾਉਣੇ ਨੇ, ਪੂਰੇ ਕਰ ਵਿਖਾਉਣੇ, ਉਹ ਯਕੀਨ ਰੱਖਣ ਕੈਪਟਨ ਸਾਹਿਬ 'ਤੇ, ਇਹ ਕੰਮ ਪੂਰਾ ਸਿਰੇ ਚੜੇਗਾ। ਅਸੀਂ ਵੀ ਉਮੀਦ ਕਰਦੇ ਹਾਂ ਕਿ ਪੰਜਾਬ ਫਿਰ ਤੋਂ ਵਿਕਾਸ ਦੇਖੇ, ਅਤੇ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ, ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਇੰਟਰਵਿਊ।